35000 ਕਰੋੜ ਰੁਪਏ ਦਾ ਕੋਈ ਵਾਲੀਵਾਰਸ ਨਹੀਂ ਪੈਸੇ ਬੈਂਕ ਤੇ ਵਿੱਚ ਜਮ੍ਹਾਂ ਤਾਂ ਕਰਵਾਏ ਪਰ ਬਾਅਦ ਦੇ ਵਿੱਚ ਭੁੱਲ ਗਏ ਅਤੇ 10 ਸਾਲ ਪੈਸਿਆਂ ਦੀ ਕਿਸੇ ਨੇ ਸਾਰਨ ਲਈ ਪੀਐਸਬੀ ਨੇ ਬੀਤੇ ਕੁਝ ਦਿਨ ਪਹਿਲਾਂ 35000 ਕਰੋੜ ਤੋਂ ਵੀ ਵੱਧ ਦੀ ਰਕਮ ਰਿਜ਼ਰਵ ਬੈਂਕ ਨੂੰ ਦਿੱਤੀ ਹੈ ਇਹ ਪੈਸੇ ਉਹ ਨੇ ਜਿਨ੍ਹਾਂ ਦਾ ਕੋਈ ਵਾਲੀਵਾਰਸ ਨਹੀਂ ਸੀ ਲੋਕ ਸਭਾ ਦੇ ਵਿੱਚ ਕੇਂਦਰੀ ਵਿੱਤ ਮੰਤਰੀ ਦੇ ਵੱਲੋਂ ਇੱਕ ਲਿਖਤੀ ਜਾਣਕਾਰੀ ਦਿੱਤੀ ਗਈ ਉਹਨਾਂ ਕਿਹਾ ਕਿ ਅਨਕਲੇਮਡ ਅਮਾਉਂਟ ਸਭ ਤੋਂ ਵੱਧ ਸਟੇਟ ਬੈਂਕ ਤੇ ਵਿੱਚ ਹੈ SPI ਦੇ ਵਿੱਚ 8086 ਕਰੋੜ ਰੁਪਏ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ 5340 ਕਰੋੜ ਅਤੇ ਕੇਂਦਰਾ ਬੈਂਕ ਦੇ ਵਿੱਚ 4558 ਕਰੋੜ ਰੁਪਏ ਅਜੇਹੇ ਨੇ ਜਿਨ੍ਹਾਂ ਦਾ ਕੋਈ ਵਾਲੀਵਾਰ ਨਹੀਂ ਹੁਣ ਤੁਸੀਂ ਸੋਚ ਰਹੇ ਹੋਮੋਗੇ ਕਿ ਅਜਿਹਾ ਕਿੰਜ ਹੋ ਸਕਦਾ ਹੈ ਤਾਂ ਆਓ ਤੁਹਾਨੂੰ ਦੱਸ ਦਿੰਦੇ ਹਾਂ ਇਹ ਅਸਲ ਦੇ ਵਿੱਚ ਅਨਕਲੇਮਡ ਅਮਾਉਂਟ ਹੁੰਦਾ ਹੈ ਭਾਵ ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ ਸੇਵਿੰਗ ਜਾਂ ਕਰੰਟ ਅਕਾਊਂਟ ਦੇ ਵਿੱਚ ਜਮਾ ਰਕਮ ਜਿੱਦ 10 ਸਾਲਾਂ ਤੱਕ ਕੋਈ ਖਬਰਸਾਰ ਨਹੀਂ ਲੈਂਦਾ ਤਾਂ ਹੈ ਅਨਕਲੇਮਡ ਅਮਾਉਂਟ ਬਣ ਜਾਂਦਾ ਹੈ ਅਜਿਹੇ ਪੈਸਿਆਂ ਨੂੰ ਆਰਬੀਏ ਦੁਆਰਾ ਬਣਾਏ ਗਏ ਡਿਪੋਜ਼ਿਟਰ এডਿਕੇਸ਼ਨ ਐਂਡ ਅਵੇਅਰਨੈਸ ਫੰਡ ਦੇ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਅਨਕਲੇਮਡ ਅਮਾਉਂਟ ਨੂੰ ਉਸਤੇ ਅਸਲ ਮਾਲਕ ਤੇ ਕੋਲ ਪਹੁੰਚਾਉਣ ਲਈ ਆਰਬੀਏ ਇੱਕ ਵੈਬ ਪੋਰਟਲ ਲਿਆ ਰਿਹਾ ਹੈ ਇਹ ਜਾਣਕਾਰੀ ਆਰਬੀਏ ਦੇ ਗਵਰਨਰ ਸ਼ਕਤੀकांत ਦਾਸ ਨੇ ਦਿੱਤੀ ਉਹਨਾਂ ਕਿਹਾ ਕਿ ਕੁਝ ਖਾਸ ਏਆਈ ਟੂਲ ਦਾ ਪ੍ਰਯੋਗ ਕੀਤਾ ਗਿਆ ਜਿਸ ਦੇ ਨਾਲ ਸਰਚ ਰਿਜ਼ਲਟ ਚੰਗੇ ਆਉਣਗੇ ਆਰ.ਬੀ ਦੇ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਜਮ੍ਹਾਂ ਕਰਵਾਈ ਰਕਮ ਲਵਾਰਿਸ਼ ਨਾ ਹੋ ਜਾਵੇ ਅਤੇ ਸਹੀ ਮਾਲਕਾਂ ਨੂੰ ਇਹ ਰਾਸ਼ੀ ਮੋੜ ਦਿੱਤੀ ਜਾਵੇ ਜੁੜੇ ਰਹੋ ਆਰ.ਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸ ਕਰੇਵਾਲਦੇ ਹੋ ਧੰਨਵਾਦ ਜੀ